ਇਸ ਤੋਂ ਬਾਅਦ ਮੈਂ ਗੱਲ ਹੁਣ ਕਰੂੰਗੀ ਕਿ ਆਪਣੇ ਐਕਸਪੀਰੀਅੰਸ ਦੀ, ਮੈਨੂੰ ਜੋਬ ਕਦੋਂ ਮਿਲੀ ਅਤੇ ਕਿਵੇਂ ਮਿਲੀ। ਅਪ੍ਰੈਲ ਦੇ ਐਂਡ ਤੱਕ ਮੇਰਾ ਕੋਰਸ ਕੰਪਲੀਟ ਹੋਇਆ ਸੀ ਅਤੇ ਮਈ ਦੇ ਐਂਡ ਤੱਕ ਮੇਰਾ ਗ੍ਰੈਜੂਏਸ਼ਨ ਲੈਟਰ ਆ ਗਿਆ ਸੀ ਅਤੇ ਮੈਂ ਵਰਕ ਪਰਮਿਟ ਲਈ ਅਪਲਾਈ ਕੀਤਾ। ਵਰਕ ਪਰਮਿਟ ਅਪਲਾਈ ਕਰਨ ਦੇ ਨਾਲ ਨਾਲ ਹੀ ਮੈਂ ਆਪਣਾ ਜੋਬ ਲੱਭਣੀ ਸ਼ੁਰੂ ਕਰਤੀ ਲਿੰਕਡਇਨ 'ਤੇ। ਲਿੰਕਡਇਨ ਉਰੇ ਇੱਕ ਐਪ ਕਹਿ ਲਓ ਜਾਂ ਇੱਕ ਵੈਬਸਾਈਟ ਕਹਿ ਲਓ ਹੈਗੀ ਆ, ਜਿਹਦੇ 'ਤੇ ਤੁਸੀਂ ਆਪਣੀ ਪ੍ਰੋਫੈਸ਼ਨਲ ਪ੍ਰੋਫਾਈਲ ਬਣਾ ਸਕਦੇ ਹੋ ਅਤੇ ਤੁਸੀਂ ਉੱਥੇ ਵੀ ਜੋਬ ਓਪਰਚੁਨਿਟੀਜ਼ ਹੁੰਦੀਆਂ ਨੇ, ਤੁਸੀਂ ਉਹਨਾਂ ਲਈ ਅਪਲਾਈ ਕਰ ਸਕਦੇ ਹੋ। ਈਵਨ ਕਿ ਤੁਸੀਂ ਆਪਣੀ ਫੀਲਡ ਦੇ ਲੋਕਾਂ ਨਾਲ ਕਨੈਕਟ ਕਰਕੇ ਉਹਨਾਂ ਨੂੰ ਕਹਿ ਸਕਦੇ ਹੋ ਕਿ ਜੇ ਕੋਈ ਜੋਬ ਓਪਰਚੁਨਿਟੀ ਉਹਨਾਂ ਦੀ ਪਲੇਸ 'ਤੇ ਹੈ, ਉਹਨਾਂ ਦੇ ਆਫਿਸ 'ਚ ਹੈ, ਤਾਂ ਉਹ ਤੁਹਾਨੂੰ ਰੈਕਮੈਂਡ ਕਰ ਦੇਣ। ਮੈਂ ਇੰਡੀਡ 'ਤੇ ਅਪਲਾਈ ਕੀਤਾ, ਕਜ਼ੀਜ਼ੀ 'ਤੇ ਅਪਲਾਈ ਕੀਤਾ ਅਤੇ ਫਾਈਨਲੀ ਤੁਸੀਂ ਯਕੀਨ ਨਹੀਂ ਮੰਨੋਗੇ ਕਿ ਮੈਨੂੰ ਸਿਰਫ 5 ਦਿਨਾਂ ਦੇ ਅੰਦਰ ਅੰਦਰ, 5 ਤੋਂ 10 ਦਿਨਾਂ ਦੇ ਅੰਦਰ ਅੰਦਰ ਮੈਨੂੰ ਜੋਬ ਇੰਟਰਵਿਊ ਦੀ ਆਫਰਸ ਆਉਣ ਲੱਗ ਗਈਆਂ ਸੀਗੀਆਂ। ਤਾਂ ਮੈਂ ਇੰਟਰਵਿਊ ਦੇਣ ਲਈ ਗਈ। 9 ਜੂਨ ਨੂੰ ਮੈਨੂੰ ਮੇਰੀ ਮੈਨੇਜਰ ਦਾ, ਜਿਹੜੀ ਮੇਰੀ ਕਰੰਟ ਮੈਨੇਜਰ ਆ, ਉਹਦਾ ਮੈਸੇਜ ਆਇਆ ਸੀ ਕਿ ਤੂੰ ਕੱਲ੍ਹ ਇੰਟਰਵਿਊ ਲਈ ਆ ਸਕਦੀ ਆ ਆਹ ਟਾਈਮਿੰਗ 'ਤੇ। ਤਾਂ ਮੈਂ ਉਹ ਇੰਟਰਵਿਊ ਦੇਣ ਲਈ ਓਕੇ ਕਰਤਾ ਸੀ ਕਿ ਹਾਂ ਮੈਂ ਆਊਂਗੀ। 9 ਨੂੰ ਮੈਨੂੰ ਮੈਸੇਜ ਆਇਆ ਸੀ ਮੈਨੇਜਰ ਦਾ ਇੰਟਰਵਿਊ ਲਈ, 10 ਨੂੰ ਮੇਰਾ ਇੰਟਰਵਿਊ ਸੀ, 11 ਨੂੰ ਮੈਂ ਜੋਬ ਕਰਨੀ ਸਟਾਰਟ ਕਰਤੀ। ਸੋ ਹੁਣ ਕਈਆਂ ਨੂੰ ਸੁਣ ਕੇ ਐਵੇਂ ਲੱਗਦਾ ਹੋਊਗਾ ਕਿ ਹੈ ਨਾ ਇਹ ਮੇਰਾ ਲੱਕ ਆ, ਪਰ ਇਹ ਮੇਰਾ ਲੱਕ ਨਹੀਂ ਹੈਗਾ, ਇਹਦੇ ਪਿੱਛੇ ਮੇਰੀ ਬਹੁਤ ਮਿਹਨਤ ਆ। ਮੈਂ ਸਾਰੀਆਂ ਉਹ ਸਕਿੱਲਸ ਜਿਹੜੀਆਂ ਆਪਾਂ ਸੁਣੀਆਂ ਹੈ ਨਾ ਉਹ ਕਵਰ ਕੀਤੀਆਂ, ਜੋਬਸ ਲਈ ਅਪਲਾਈ ਕੀਤਾ, ਵਧੀਆ ਰੈਜ਼ਮੇ ਬਣਾਇਆ। ਅਤੇ ਇਹ ਫੀਲਡ ਦੀ ਵਧੀਆ ਗੱਲ ਕੀ ਆ ਕਿ ਇਹ ਜੋਬ ਨੌਕ ਪੀ ਚਾਹੁੰਦੀ ਆ। ਤੁਸੀਂ ਸਾਈਡ 'ਤੇ ਦੇਖ ਸਕਦੇ ਹੋ, ਨੌਕ ਪੀ ਦਾ ਮਤਲਬ ਆ ਤੁਸੀਂ ਇਹਦੇ ਥਰੂ ਆਪਣੀ ਐਕਸਪ੍ਰੈਸ ਐਂਟਰੀ ਲਈ ਐਲੀਜੀਬਲ ਹੋ। ਪੀ ਆਰ ਤੁਸੀਂ ਜੇ ਆਪਣਾ ਐਕਸਪੀਰੀਅੰਸ ਪੂਰਾ ਕਰ ਲੈਣੇ, ਤੁਸੀਂ ਪੀ ਆਰ ਲਾ ਸਕਦੇ ਹੋ ਇਹਦੇ ਇਹ ਫੀਲਡ ਜੋਬ ਨਾਲ। ਤੁਹਾਨੂੰ ਕਿਸੇ ਵਕੀਲ ਕੋਲ ਜਾ ਕੇ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੈਗੀ, ਕੋਈ ਪੇ ਚੈੱਕ ਲਵਾਉਣ ਦੀ ਜ਼ਰੂਰਤ ਨਹੀਂ ਹੈਗੀ, ਇਹ ਤੁਹਾਡੀ ਬਿਲਕੁਲ ਹੀ ਫ੍ਰੀ 'ਚ ਹੈਲਪ ਹੋ ਜਾਂਦੀ ਆ ਤੁਹਾਨੂੰ ਪੀ ਆਰ ਲੈਣ ਲਈ। ਹੁਣ ਆਪਾਂ ਗੱਲ ਕਰਦੇ ਹਾਂ ਜੋਬ ਰਿਸਪੋਂਸੀਬਿਲਿਟੀਜ਼ ਦੀ, ਕੀ ਜ਼ਿੰਮੇਵਾਰੀਆਂ ਨੇ ਮੇਰੀਆਂ ਮੇਰੇ ਕੰਮ 'ਤੇ ਜਾਂ ਕੋਈ ਵੀ ਆਫਿਸ ਐਡਮਿਨਿਸਟ੍ਰੇਟਰ ਦੀਆਂ ਉਹਦੇ ਕੰਮ 'ਤੇ। ਥੋੜ੍ਹੀ ਬਹੁਤੀ ਜ਼ਿੰਮੇਵਾਰੀਆਂ ਇੱਧਰ ਉੱਧਰ ਹੁੰਦੀਆਂ ਨੇ, ਹੋ ਸਕਦਾ ਕਿਸੇ ਦੀ ਵੱਧ ਹੋਣ, ਮੇਰੀਆਂ ਘੱਟ ਹੋਣ, ਜਾਂ ਮੇਰੀਆਂ ਵੱਧ ਹੋਣ, ਕਿਸੇ ਦੀਆਂ ਘੱਟ ਹੋਣ। ਇੱਕ ਤਾਂ ਤੁਸੀਂ ਡਾਕਟਰਸ ਦੇ, ਨਰਸਿਸ ਦੇ ਸਕੈਡਿਊਲ ਬਣਾਉਣੇ ਹੁੰਦੇ ਨੇ ਕਿ ਇਹ ਡਾਕਟਰ ਇੰਨੇ ਤੋਂ ਇੰਨੇ ਕੰਮ ਕਰੂਗਾ, ਉਹ ਸਾਰਾ ਸਕੈਡਿਊਲਿੰਗ ਵਗੈਰਾ ਤੁਸੀਂ ਤੁਹਾਡੇ ਮੈਨੇਜਰ ਨਾਲ ਮਿਲ ਕੇ ਬਣਾਉਣੀ ਹੁੰਦੀ ਆ। ਉਸ ਤੋਂ ਇਲਾਵਾ ਤੁਸੀਂ ਵੀ ਜਿਹੜੀ ਪੇਸ਼ੈਂਟ ਦੀ ਕੇਸ ਹਿਸਟਰੀ ਹੁੰਦੀ ਆ, ਮੈਡੀਕੇਸ਼ਨ ਹਿਸਟਰੀ ਹੁੰਦੀ ਆ, ਕੋਈ ਮੈਡੀਸਿਨ ਪ੍ਰਿਸਕ੍ਰਿਪਸ਼ਨਾਂ ਹੁੰਦੀਆਂ ਨੇ, ਬਲੱਡ ਰਿਜ਼ਲਟ ਹੁੰਦੇ ਨੇ, ਉਹ ਸਾਰੇ ਅਪਲੋਡ ਕਰਕੇ ਅਪ ਟੂ ਡੇਟ ਰੱਖਣਾ ਹੁੰਦਾ ਇਲੈਕਟ੍ਰੋਨਿਕ ਮੈਡੀਕਲ ਰੈਕਡਸ 'ਤੇ। ਜੇ ਤੁਸੀਂ ਰਿਸੈਪਸ਼ਨ 'ਤੇ ਵੀ ਕੰਮ ਕਰਦੇ ਹੋ ਤਾਂ ਤੁਹਾਨੂੰ ਅਪੋਇੰਟਮੈਂਟਸ ਵੀ ਸਕੈਡਿਊਲ ਕਰਨੀਆਂ ਪੈਂਦੀਆਂ ਨੇ, ਜਿਵੇਂ ਕੋਈ ਪੇਸ਼ੈਂਟ ਆਇਆ ਉਹ ਬੁੱਕ ਕਰਨਾ ਚਾਹੁੰਦਾ, ਅਪੋਇੰਟਮੈਂਟ ਬੁੱਕ ਕਰਨ 'ਚ ਤੁਸੀਂ ਹੈਲਪ ਕਰ ਸਕਦੇ ਹੋ। ਅਤੇ ਉਸ ਤੋਂ ਇਲਾਵਾ ਤੁਸੀਂ ਕਾਲਸ ਵੀ ਲੈ ਸਕਦੇ ਹੋ, ਇਨਬਾਊਂਡ ਅਤੇ ਆਊਟਗੋਇੰਗ ਕਾਲਸ, ਉਹਦੇ 'ਚ ਤੁਸੀਂ ਪੇਸ਼ੈਂਟ ਬੁੱਕ ਕਰ ਸਕਦੇ ਹੋ, ਪੇਸ਼ੈਂਟਸ ਨੂੰ ਰਿਮਾਈਂਡਰ ਸੈਂਡ ਕਰਨੇ ਹੁੰਦੇ ਨੇ ਨੈਕਸਟ ਡੇ ਅਪੋਇੰਟਮੈਂਟਸ ਲਈ। ਇਸ ਤੋਂ ਇਲਾਵਾ ਤੁਸੀਂ ਜਿਹੜੇ ਡਾਕਟਰ ਤੁਹਾਨੂੰ ਰਿਕਾਰਡ ਕਰਕੇ ਭੇਜਦੇ ਨੇ ਰੈਫਰਲ ਲੈਟਰ ਵਗੈਰਾ, ਉਹ ਸਾਰੇ ਟਾਈਪ ਕਰਕੇ ਤੁਸੀਂ ਦੂਜੇ ਡਾਕਟਰ ਨੂੰ ਫੈਕਸ ਵਗੈਰਾ ਕਰਨੇ ਹੁੰਦੇ ਨੇ। ਅਤੇ ਇਸ ਤੋਂ ਇਲਾਵਾ ਤੁਸੀਂ ਉਹੀ ਬਿਲਿੰਗ ਕਰਨੀ ਹੁੰਦੀ ਆ, ਜਿਹਦੇ 'ਚ ਕੀ ਹੁੰਦਾ ਇੱਕ ਸਪੈਸ਼ਲ ਸੋਫਟਵੇਅਰ ਹੁੰਦਾ, ਤੁਸੀਂ ਉੱਥੇ ਅਕੋਰਡਿੰਗ ਟੂ ਜੋ ਵੀ ਬੰਦੇ ਦਾ ਕੋਈ ਕੰਸਲਟੇਸ਼ਨ ਹੋਈ ਆ ਜਾਂ ਕੋਈ ਮੈਡੀਕੇਸ਼ਨ ਮਿਲੀ ਆ, ਕੋਈ ਵੈਕਸੀਨ ਮਿਲਿਆ, ਉਹਦੇ ਅਕੋਰਡਿੰਗ ਕੋਡ ਭਰ ਕੇ ਬਿਲ ਕਰਨਾ ਹੁੰਦਾ ਗਵਰਨਮੈਂਟ ਨੂੰ, ਉਹ ਵੀ ਤੁਹਾਡੀ ਡਿਊਟੀ ਹੁੰਦੀ ਆ। ਅਤੇ ਉਸ ਤੋਂ ਇਲਾਵਾ ਤੁਸੀਂ ਜੇ ਤੁਸੀਂ ਥਰਡ ਪਾਰਟੀ ਇੰਸ਼ੋਰੈਂਸ ਕਲੇਮ 'ਚ ਕੰਮ ਕਰਨਾ ਹੁੰਦਾ, ਜਿਵੇਂ ਕਿ ਫੋਰਮਸ ਵਗੈਰਾ ਸਬਮਿਟ ਕਰਨੇ ਤਾਂ ਕਿ ਜਿਹੜਾ ਤੁਹਾਡਾ ਬਿੱਲ ਆ ਉਹ ਕਲੇਮ ਹੋ ਸਕੇ, ਜਾਂ ਪੇਸ਼ੈਂਟ ਦੀ ਹੈਲਪ ਕਰਨੀ, ਜੇ ਤੁਸੀਂ ਆਪ ਸਿੱਧਾ ਬਿੱਲ ਨਹੀਂ ਕਰਦੇ ਥਰਡ ਪਾਰਟੀ ਨੂੰ, ਤਾਂ ਪੇਸ਼ੈਂਟ ਦੀ ਹੈਲਪ ਕਰਨੀ ਉਹਨਾਂ ਦੇ ਇੰਸ਼ੋਰੈਂਸ ਫੋਰਮ ਕੰਪਲੀਟ ਕਰਨ 'ਚ। ਇਸ ਤੋਂ ਬਾਅਦ ਤੁਸੀਂ ਜਿਹੜਾ ਨਵਾਂ ਸਟਾਫ ਆ ਉਹਨਾਂ ਨੂੰ ਟ੍ਰੇਨ ਕਰਨਾ ਹੁੰਦਾ ਹੈ, ਅਤੇ ਤੁਸੀਂ ਜਿਹੜੀ ਮੀਟਿੰਗਸ ਹੁੰਦੀਆਂ ਨੇ ਉਹਨਾਂ ਦੇ ਏਜੰਡਾ, ਮਿਨਟਸ ਐਂਡ ਮੈਮੋਸ ਪ੍ਰਪੇਅਰ ਕਰਨੇ ਹੁੰਦੇ ਨੇ, ਤਿਆਰ ਕਰਨੇ ਹੁੰਦੇ ਨੇ। ਅਤੇ ਉਸ ਤੋਂ ਬਾਅਦ ਤੁਸੀਂ ਜਿਹੜੀਆਂ ਵੀ ਤੁਹਾਡੀ ਇਨਵੈਂਟਰੀ 'ਚ, ਮਤਲਬ ਤੁਹਾਡੇ ਕਲੀਨਿਕ 'ਚ ਜਾਂ ਹੋਸਪਿਟਲ 'ਚ ਤੁਹਾਨੂੰ ਜਿਹੜੀਆਂ ਵੈਕਸੀਨਸ ਜਾਂ ਕੋਈ ਮੈਡੀਕੇਸ਼ਨਸ ਮੁੱਕੀਆਂ ਹੋਈਆਂ ਨੇ, ਖਤਮ ਹੋਣ ਵਾਲੀਆਂ ਨੇ, ਉਹ ਵੀ ਆਰਡਰ ਕਰਨੀਆਂ ਹੁੰਦੀਆਂ ਨੇ। ਧਿਆਨ ਰੱਖਣਾ ਹੁੰਦਾ ਕਿ ਕਿੰਨੇ ਵੈਕਸੀਨ ਗਏ ਅਤੇ ਕਿੰਨੇ ਬਾਕੀ ਨੇ ਅਤੇ ਕਦੋਂ ਉਹਨਾਂ ਦੀ ਐਕਸਪਾਇਰੀ ਆ, ਸਾਰਾ ਕੁਛ ਤੁਹਾਨੂੰ ਧਿਆਨ ਰੱਖਣਾ ਪੈਂਦਾ। ਉਸ ਤੋਂ ਇਲਾਵਾ ਤੁਸੀਂ ਬਲੱਡ ਰਿਜ਼ਲਟ ਟਰੈਕ ਕਰਨੇ ਹੁੰਦੇ ਨੇ, ਜੇ ਕੋਈ ਫਾਰਮੈਸੀ 'ਤੇ ਸਿੱਧਾ ਪੇਸ਼ੈਂਟ ਜਾ ਰਿਹਾ ਤੁਸੀਂ ਪ੍ਰਿਸਕ੍ਰਿਪਸ਼ਨ ਡਾਕਟਰ ਤੋਂ ਸਾਈਨ ਕਰਵਾ ਕੇ ਫੈਕਸ ਕਰਨੀ ਹੁੰਦੀ ਆ ਫਾਰਮੈਸੀ ਨੂੰ। ਅਤੇ ਹੁਣ ਮੈਂ ਤੁਹਾਨੂੰ ਇਹ ਚੀਜ਼ ਦਿਖਾ ਦਿੰਦੀ ਹਾਂ ਕਿ ਕਿੰਨਾ ਕੁ ਸਕੋਪ ਆ ਇਸ ਚੀਜ਼ ਦਾ, ਕਿੰਨੀਆਂ ਕੁ ਜੋਬ ਓਪਰਚੁਨਿਟੀਜ਼ ਨੇ। ਇਹ ਕੰਮ ਲਈ ਸਪੈਸ਼ਲ ਵੈਬਸਾਈਟਾਂ ਹੁੰਦੀਆਂ ਨੇ ਜਿੱਥੇ ਤੁਸੀਂ ਜੋਬਸ ਚੈੱਕ ਕਰ ਸਕਦੇ ਹੋ, ਹੈ ਨਾ, ਕਿ ਪੇ ਰੇਟ ਵਗੈਰਾ ਚੈੱਕ ਕਰ ਸਕਦੇ, ਸਾਰਾ ਕੁਛ ਚੈੱਕ ਕਰ ਸਕਦੇ, ਤੁਸੀਂ ਅਪਲਾਈ ਵੀ ਕਰ ਸਕਦੇ ਹੋ, ਉਹ ਹੈਗੀ ਆ ਇੰਡੀਡ। ਹੁਣ ਮੈਂ ਤੁਹਾਨੂੰ ਇੰਡੀਡ ਦੇ ਥਰੂ ਇਹ ਦਿਖਾਊਂਗੀ ਵੀ ਕਿੰਨਾ ਕੁ ਸਕੋਪ ਆ। ਆਪਾਂ ਨੂੰ ਇੱਕ ਨਾ ਇੱਕ ਪ੍ਰੋਵਿੰਸ ਚੂਜ਼ ਕਰਨੀ ਪੈਂਦੀ ਆ, ਸੋ ਮੈਂ ਅੰਟਾਰੀਓ 'ਚ ਰਹਿੰਦੀ ਹਾਂ, ਓਬਵੀਅਸਲੀ ਮੈਂ ਅੰਟਾਰੀਓ ਚੂਜ਼ ਕਰੂੰਗੀ, ਹੈ ਨਾ। ਤਾਂ ਆਪਾਂ ਕਰ ਸਕਦੇ ਹਾਂ ਫਾਈਂਡ ਜੋਬਸ,
ਸੋ ਇਹ ਜਿਹੜੀਆਂ ਹੁਣ ਪੋਜੀਸ਼ਨਾਂ ਆਉਣਗੀਆਂ ਹੈ ਨਾ ਇਹ ਤੁਸੀਂ ਦੇਖਿਓ ਕਿ ਐਂਟਰੀ ਲੈਵਲ ਦੀਆਂ ਹੋਣਗੀਆਂ ਜਿਹੜੀਆਂ ਤੁਸੀਂ ਆਪਣਾ ਡਿਪਲੋਮਾ ਕਰਨ ਤੋਂ ਬਾਅਦ ਹੀ ਸ਼ੁਰੂ ਕਰ ਸਕਦੇ ਹੋ। ਹੁਣ ਤੁਸੀਂ ਦੇਖੋ ਪਹਿਲੀ ਉਹ ਮੈਡੀਕਲ ਆਫਿਸ ਐਡਮਿਨਿਸਟ੍ਰੇਟਿਵ ਅਸਿਸਟੈਂਟ ਤੁਸੀਂ ਲੱਗ ਸਕਦੇ ਹੋ ਅੰਟਾਰੀਓ 'ਚ 41,000 ਤੋਂ ਲੈ ਕੇ 52,000 ਤੱਕ ਤੁਹਾਡੀ ਸਾਲ ਦੀ ਪੇ ਹੋਊਗੀ। ਅਤੇ ਉਸ ਤੋਂ ਬਾਅਦ ਤੁਸੀਂ ਮੈਂ ਤੁਹਾਨੂੰ ਸਿਰਫ ਉਹੀ ਦਿਖਾਊਂਗੀ ਜਿਹਨਾਂ ਨਾਲ ਸੈਲਰੀਜ਼ ਵੀ ਲਿਖੀਆਂ ਹੋਈਆਂ ਨੇ। ਇਸ ਤੋਂ ਬਾਅਦ ਤੁਸੀਂ ਮੈਡੀਕਲ ਐਡਮਿਨਿਸਟ੍ਰੇਟਿਵ ਅਸਿਸਟੈਂਟ ਕਿਸੇ ਫੈਮਿਲੀ ਫਿਜ਼ੀਸ਼ੀਅਨ ਨਾਲ ਲੱਗ ਸਕਦੇ ਹੋ $16 to $17 ਤੁਹਾਡੀ ਪੇ। ਮਤਲਬ ਤੁਸੀਂ ਬਾਹਲੀ ਐਕਸਪੈਕਟੇਸ਼ਨ ਨਾ ਰੱਖੋ, ਸਟਾਰਟਿੰਗ 'ਚ ਤੁਸੀਂ $15 ਦੀ ਐਕਸਪੈਕਟੇਸ਼ਨ ਰੱਖੋ, ਪਰ ਤੁਸੀਂ ਦੇਖੋ ਸਿਰਫ ਵੀ ਜੋਬਸ ਕਿੰਨੀਆਂ ਨੇ। ਹੁਣ ਆਪਾਂ ਗੱਲ ਕਰਦੇ ਹਾਂ ਪ੍ਰਮੋਸ਼ਨ ਅਤੇ ਗਰੋਥ ਦੀ। ਤੁਸੀਂ ਦੇਖੋ ਕਿ ਜੇ ਹੈ ਨਾ ਤੁਸੀਂ $40 ਐਨ ਆਵਰ ਲੈਣੇ ਨੇ, ਕੀ ਆਉਂਦਾ ਹੋਣਾ ਚਾਹੀਦਾ ਤੁਹਾਨੂੰ, ਕੀ ਐਕਸਪੀਰੀਅੰਸ ਹੋਣਾ ਚਾਹੀਦਾ ਤੁਹਾਡੇ ਕੋਲ, ਠੀਕ ਹੈ ਜੀ। ਇਹ ਫੀਲਡ 'ਚ ਤੁਸੀਂ ਓਬਵੀਅਸ ਜੀ ਗੱਲ ਆ ਮੈਨੇਜਰ ਬਣੋਗੇ ਹੈ ਨਾ। ਸੋ ਹੁਣ ਤੁਸੀਂ ਆਪਣੀ ਅੱਖਾਂ ਨਾਲ ਕੁਛ ਐਗਜ਼ਾਮਪਲ ਦੇਖ ਲਏ ਕਿਵੇਂ ਦਾ ਜੋਬ ਸਕੋਪ ਆ, ਕਿਵੇਂ ਦੀ ਐਜੂਕੇਸ਼ਨ ਆ, ਸਾਰਾ ਕੁਛ। ਅਤੇ ਵੱਡੀ ਗੱਲ ਆ ਕਿ ਜਿੰਨਾ ਤੁਸੀਂ ਐਡਵਾਂਸ ਲੈਵਲ 'ਤੇ ਇਸ ਫੀਲਡ 'ਚ ਜਾਓਗੇ, ਜਿੰਨਾ ਡੀਪ ਜਾਓਗੇ, ਉਨਾ ਜ਼ਿਆਦਾ ਤੁਹਾਨੂੰ ਇਹ ਫੀਲਡ ਦਊਗੀ। ਤੁਸੀਂ ਬੈਚਲਰਸ ਕਰ ਲਓ, ਤੁਸੀਂ ਕੋਆਰਡੀਨੇਟਰ, ਸੁਪਰਵਾਈਜ਼ਰ, ਮੈਨੇਜਰ ਲੱਗ ਜਾਓ ਹੈ ਨਾ, ਅਤੇ ਤੁਸੀਂ ਐਕਸਪੀਰੀਅੰਸ ਗੇਨ ਕਰ ਲਓ ਤਾਂ ਵੀ ਤੁਸੀਂ ਮੈਨੇਜਰ ਲੱਗ ਸਕਦੇ ਹੋ, ਵਧੀਆ ਐਕਸਪੀਰੀਅੰਸ 3-4 ਸਾਲ ਦਾ। ਅਤੇ ਤੁਸੀਂ ਜੇ ਤੁਸੀਂ ਬੈਚਲਰਸ ਕਰ ਲੈਂਦੇ ਹੋ, 5 ਸਾਲ ਦਾ ਐਕਸਪੀਰੀਅੰਸ ਗੇਨ ਕਰ ਲੈਂਦੇ ਹੋ, ਤੁਸੀਂ ਹੋਰ ਵਧੀਆ ਓਪਰਚੁਨਿਟੀ ਲੈ ਸਕਦੇ ਹੋ। ਤੁਸੀਂ ਪੋਸਟ ਗ੍ਰੈਜੂਏਸ਼ਨ ਡਿਗਰੀ ਕਰ ਲੈਂਦੇ ਹੋ, ਹੋਰ ਵਧੀਆ ਕਰ ਸਕਦੇ ਹੋ। ਤੁਸੀਂ PhD ਕਰ ਲੈਂਦੇ ਹੋ, ਤੁਹਾਡੇ ਕੋਲ ਹੋਰ ਵੀ ਬੈਟਰ ਓਪਰਚੁਨਿਟੀਜ਼ ਆਉਂਦੀਆਂ ਨੇ WHO 'ਚ ਜਾਣ ਦੀਆਂ ਜਾਂ ਰੈੱਡ ਕਰੋਸ 'ਚ, ਜਿਹੜੇ ਵਧੀਆ ਵਧੀਆ ਪੂਰੀਆਂ ਔਰਗਨਾਈਜੇਸ਼ਨਸ ਨੇ, ਪਬਲਿਕ ਔਰਗਨਾਈਜੇਸ਼ਨਸ, ਉਹਨਾਂ 'ਚ ਤੁਸੀਂ ਜਾ ਸਕਦੇ ਹੋ, ਤੁਸੀਂ ਗਵਰਨਮੈਂਟ ਨਾਲ ਕੰਮ ਕਰ ਸਕਦੇ ਹੋ। ਸੋ ਓਪਰਚੁਨਿਟੀਜ਼ ਬਹੁਤ ਨੇ, ਮਿਹਨਤ ਆ ਜਿਹੜੀ ਤੁਹਾਨੂੰ ਇਹ ਸਾਰਾ ਕੁਛ ਦਵਾ ਸਕਦੀ ਆ। ਅੱਜ ਦੀ ਆਪਣੀ ਵੀਡੀਓ ਇੰਨੀ ਸੀ, ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ, ਅਤੇ ਐਵੇਂ ਦਾ ਹੀ ਹੋਰ ਯੂਜ਼ਫੁੱਲ ਕੰਟੈਂਟ ਆਉਂਦਾ ਰਹੂਗਾ। ਜੇ ਤੁਸੀਂ ਹਜੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣ ਕਰ ਲਓ, ਕਿਉਂਕਿ ਐਵੇਂ ਦੀਆਂ ਵੀਡੀਓਜ਼ ਆਉਂਦੀਆਂ ਰਹਿਣੀਆਂ।